ਵੀ ਤੁਸੀਂ ਦੇਖ ਰਹੇ ਹੋ ਇੱਕ ਵੀਡੀਓ ਬੜਾ ਸੋਸ਼ਲ ਮੀਡੀਆ ਤੇ ਲਗਾਤਾਰ ਹੁਣ ਵਾਇਰਲ ਹੋਣ ਲੱਗਿਆ ਹੈ ਵੀਡੀਓ ਨਰਿੰਦਰ ਕੌਰ ਭਰਾਜ ਦਾ ਜਿਹੜੀ ਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਹੈ ਖੈਰ ਹੁਣ ਚੋਣ ਪ੍ਰਚਾਰ ਵੀ ਖਤਮ ਹੋ ਗਿਆ ਪਰ ਆਖਰ ਇੱਕ ਪਰਚੀ ਉਹ ਫੜਦੀ ਹੈ ਉਸ ਪਰਚੀ ਨੂੰ ਫੜਨ ਤੋਂ ਬਾਅਦ ਜੇ ਦੇਖਿਆ ਜਾਵੇ ਹੱਲਾ ਇਸ ਤਰ੍ਹਾਂ ਦੇ ਨਾਲ ਖੜਾ ਹੋ ਜਾਂਦਾ ਹੈ ਜਿਹੜੇ ਕਿ ਉਹ ਪਰਚੀ ਦੱਸੀ ਜਾਂਦੀ ਹੈ ਕਿ ਜਿਹੜੀ ਆਪਦੇ ਹੱਥ ਚੋਂ ਦਿਖਾ ਰਹੀ ਹੈ ਕਿ ਕਾਂਗਰਸ ਦੇ ਕੈਂਡੀਡੇਟ ਵਿਜੇਂਦਰ ਸਿੰਗਲਾ ਨੇ ਦੀ ਫੋਟੋ ਲੱਗੀ ਵਾਲੀ ਹੈ ਹਾਲਾਂਕਿ ਉਹਦੇ ਤੇ ਪੁਲਿਸ ਨੇ ਐਫਆਈਆਰ ਵੀ ਦਰਜ ਕਰਤੀ ਹੈ ਸੁਣ ਵੀ ਲੈਂਦੇ ਹਾਂ ਕਿ ਆਖਰ ਨਰਿੰਦਰ ਭਰਾਜ ਕਹਿੰਦੀ ਕੀ ਹੈ ਕਿਉਂਕਿ ਉਹਦੇ ਸਿੱਧੇ ਆਰੋਪ ਨੇ ਕਿ ਆਖਰ ਪੂਰਾ ਇਲੈਕਸ਼ਨ ਕੋਡ ਪਤਾ ਹੋਣ ਦੇ ਬਾਵਜੂਦ ਹੈ ਜਿਹੜਾ ਕਿ ਇਸ ਤਰ੍ਹਾਂ ਦੀਆਂ ਪਰਚੀਆਂ ਆਖਰ ਕਿਉਂ ਚਲਾਈਆਂ ਗਈਆਂ ਕਿਉਂ ਛੁਪਵਾਈਆਂ ਗਈਆਂ ਸਿਸਟਮ ਨੂੰ ਹਜੇ ਵੀ ਡਿਸਟਰਬ ਕੀਤਾ ਜਾ ਰਿਹਾ ਪਰ ਗੱਲ ਸੁਣ ਲਓ ਦੀ ਕੀ ਕਹਿੰਦੀ ਹੈ ਕਿ ਕੁੜੀ ਤੇ ਨਾਲ ਹੀ ਕਾਰਵਾਈ ਹੈ ਜਿਹੜੀ ਪੁਲਿਸ ਨੇ ਐਫਆਈਆਰ ਹੈਗੀ ਇਸ ਪੂਰੇ ਮਾਮਲੇ ਨੂੰ ਲੈ ਕੇ ਦਰਜ ਕਰਤੀ ਹੈਗੀ ਅੱਜ ਕਿਵੇਂ ਲੱਗ ਰਿਹਾ ਥੋੜਾ ਸਮਾਂ ਰਹਿ ਗਿਆ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਵੱਖ ਵੱਖ ਬਹੁਤ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਜਿਹੜਾ ਪਬਲਿਕ ਦੇ ਵਿੱਚ ਅੱਜ ਜਿਹੜਾ ਵੋਟਰਾਂ ਦੇ ਵਿੱਚ ਦਿਖਾਈ ਦੇ ਰਿਹਾ ਜਿੱਥੇ ਵੀ ਕਿਤੇ ਜਾਂਦੀ ਹਾਂ ਮੈਂ ਸੜਕ 'ਤੇ ਤਾਂ ਗੱਡੀ ਰੋਕ ਕੇ ਹਰ ਬੰਦਾ ਕਹਿ ਕੇ ਜਾਂਦਾ ਕਿ ਅਸੀਂ ਤੁਹਾਨੂੰ ਵੋਟ ਦੇ ਆਏ ਹਾਂ ਸੋ ਬਹੁਤ ਸਾਰਾ ਜਿਹੜਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਇੱਕ ਜਿਹੜਾ ਬਦਲਾਵ ਦੇ ਲਈ ਲੋਕ ਜਿਹੜਾ ਉਹ ਵੋਟ ਕਰ ਰਹੇ ਨੇ ਅੱਜ ਇੱਕ ਪਰਚੀ ਤੁਹਾਡੇ ਹੱਥ ਦੇ ਵਿੱਚ ਆ ਉਹਦੇ ਬਾਰੇ ਦੱਸੋ ਬਿਲਕੁਲ ਇਹਦੇ ਵਿੱਚ ਕੀ ਅੱਜ ਦੀ ਜਿਹੜੀ ਚੋਣ ਦੇ ਵਿੱਚ ਨਾ ਆਪਣਾ ਜਿਹੜਾ ਉਹ ਇੱਕ ਤੰਤਰ ਇਹਨਾਂ ਨੇ ਜਿਹੜਾ ਯੂਜ਼ ਕੀਤਾ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦਾ ਅਖੀਰ ਤੱਕ ਅਜੇ ਵੀ ਨਹੀਂ ਜਿਹੜਾ ਪਿੱਛੇ ਹਟ ਰਹੇ ਮੰਤਰੀ ਸਾਹਿਬ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿੰਨੇ ਕੁ ਰਿਸ਼ਤੇਦਾਰ ਨੇ ਜਿਹੜੇ ਹਰ ਬੰਦਾ ਜਿਹੜਾ ਪੋਲਿੰਗ ਤੇ ਅੰਦਰ ਜਿਹੜਾ ਘੁਸਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਦੋਂ ਉੱਥੋਂ ਜਿਹੜੇ ਲੋਕਾਂ ਨੇ ਜਦੋਂ ਵਿਰੋਧ ਕੀਤਾ ਹਰਕਿਸ਼ਨਪੁਰਾ ਨੂਰਪੁਰਾ ਉਹਨਾਂ ਪਿੰਡਾਂ ਦੇ ਵਿੱਚ ਵਿਰੋਧ ਕਰਕੇ ਮੁੰਡਿਆਂ ਨੇ ਉੱਥੋਂ ਭਜਾਇਆ ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਜਾਣ ਬੁੱਝ ਕੇ ਇਦਾਂ ਦੀਆਂ ਗਲਤੀਆਂ ਕਿਉਂ ਕਰ ਆਹ ਤੁਹਾਡੇ ਸਾਹਮਣੇ ਆ ਇਹ ਵੋਟ ਪਰਚੀ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਵੋਟ ਪਰਚੀ ਹੈ ਜਿਹੜੀ ਅੰਦਰ ਜਿਹੜਾ ਪੋਲਿੰਗ ਤੇ ਬੂਥ ਤੇ ਨਹੀਂ ਜਾ ਸਕਦੀ ਅੰਦਰ ਇਹ ਜਾਣ ਬੁੱਝ ਕੇ ਇਹ ਪਰਚੀਆਂ ਵੰਡੀਆਂ ਗਈਆਂ ਨੇ ਮੈਂ ਖੁਦ 139 ਨੰਬਰ ਬੂਥ ਹੈ ਗਰਲ ਸਕੂਲ ਹੈ ਜਿਹੜਾ ਭਾਨੀਗੜ੍ਹ ਉੱਥੋਂ ਉਹਨਾਂ ਦੇ ਪੋਲਿੰਗ ਏਜੰਟ ਦੇ ਹੱਥ ਦੇ ਵਿੱਚੋਂ ਆ ਪਰਚੀ ਫੜੀ ਹੈ ਅਤੇ ਮੌਕੇ 'ਤੇ ਪ੍ਰਸ਼ਾਸਨ ਪਹੁੰਚਿਆ ਡੀਸੀ ਸਾਹਿਬ ਉੱਥੇ ਪਹੁੰਚੇ ਨੇ ਔਰ ਉਹਨਾਂ ਨੇ ਕਾਰਵਾਈ ਦਾ ਜਿਹੜਾ ਭਰੋਸਾ ਦਵਾਇਆ ਔਰ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਪੈਟਰੋਲ ਪੰਪ ਮੈਂ ਤਾਂ ਪਹਿਲਾਂ ਇਸ ਚੀਜ਼ ਨੂੰ ਮੈਂ ਪ੍ਰਸ਼ਾਸਨ ਨੂੰ ਪਹਿਲਾਂ ਕਹਿ ਚੁੱਕੀ ਹਾਂ ਪਹਿਲਾਂ ਪੈਟਰੋਲ ਪੰਪ ਤੋਂ ਜਿਹੜਾ ਫੜਿਆ ਗਿਆ ਪੰਪ ਨੂੰ ਸੀਲ ਕੀਤਾ ਗਿਆ ਮੰਤਰੀ ਨੂੰ ਕਿਉਂ ਨਹੀਂ ਸੀਲ ਕੀਤਾ ਗਿਆ ਅੱਜ ਇਹ ਪਰਚੀ ਫੜੀ ਗਈ ਹੈ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਹਰਕਤਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂ ਜਿਹੜਾ ਕਾਨੂੰਨ ਨੂੰ ਜਿਹੜਾ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਲੋਕ ਉਹਨਾਂ ਲੋਕਾਂ ਤੋਂ ਕੀ ਉਮੀਦ ਕਰਨਗੇ ਜਿਹੜੇ ਲੋਕ ਅੱਜ ਹੀ ਕਾਨੂੰਨ ਨੂੰ ਤੋੜ ਰਹੇ ਨੇ ਤਾਂ ਕੱਲ ਨੂੰ ਜਾ ਕੇ ਕੀ ਕਰਨਗੇ ਮੈਡਮ ਤੁਸੀਂ ਇਹ ਪਰਚੀ ਦਿਖਾਈ ਹੈ ਮੈਡਮ ਇਹ ਪਰਚੀ ਦਾ ਫੰਕਸ਼ਨ ਕੀ ਹੈ ਇਹਦੇ ਤੁਸੀਂ ਕਹਿ ਰਹੇ ਹੋ ਸਰ ਇਹਦਾ ਫੰਕਸ਼ਨ ਹੈ ਸਿੰਪਲ ਜਿਹੜੀ ਸਲਿੱਪ ਆ ਜਦੋਂ ਬੀਐਲਓ ਪੂਰਾ ਦਿਨ ਚੋਣਾਂ ਦੇ ਵਿੱਚ ਦੇਖਿਆ ਜਾਵੇ ਜਿਸ ਤਰ੍ਹਾਂ ਦੇ ਨਾਲ ਹਲਕੀ ਫੁਲਕੀ ਗੱਲਾਂ ਤੋਂ ਇਲਾਵਾ ਜੇ ਦੇਖਿਆ ਜਾਵੇ ਉਮੂਮਨ ਤੌਰ ਤੇ ਪੂਰੇ ਇੱਕ ਚੰਗੇ ਮਾਹੌਲ ਦੇ ਵਿੱਚ ਚੋਣ ਪ੍ਰਚਾਰ ਜੇ ਕਹੀਏ ਕਿ ਚੋਣ ਜਿਹੜਾ ਪੂਰਾ ਸਿਲਸਿਲਾ ਸੀ ਖਤਮ ਹੋਇਆਗਾ ਲੋਕਾਂ ਨੇ ਵੋਟਾਂ ਪਾਈਆਂ ਨੇ ਪਰ ਆਖਰ ਇਸ ਪਰਚੀ ਨੂੰ ਲੈ ਕੇ ਜੇ ਦੇਖਿਆ ਜਾਵੇ ਕਾਫੀ ਹੱਲਾ ਮਚਦਾ ਹੋਇਆ ਖੜਾ ਹੋਇਆ ਉਸ ਤੋਂ ਬਾਅਦ ਦੇਖੀਏ ਤਾਂ ਪੁਲਿਸ ਨੇ ਕਾਰਵਾਈ ਵੀ ਕਰਤੀ ਹੈ ਕਿ ਪਰ ਸਿੱਧੇ ਤੌਰ ਤੇ ਆਰੋਪ ਕਿਤੇ ਨਾ ਕਿਤੇ ਨਰਿੰਦਰ ਭਰਾਜ ਹੋਰਾਂ ਦੇ ਇਹ ਨੇ ਕਿ ਜਾਣ ਬੁੱਝ ਕੇ ਕਿਤੇ ਨਾ ਕਿਤੇ ਡਿਸਟਰਬ ਕਰਨ ਵਾਸਤੇ ਹੈ ਜਿਹੜਾ ਮਾਹੌਲ ਨੂੰ ਤੇ ਦੂਜੇ ਪਾਸੇ ਵੋਟਾਂ ਦਾ ਫਾਇਦਾ ਲੈਣ ਵਾਸਤੇ ਤਰ੍ਹਾਂ ਦੀ ਪਰਚੀ ਛੁਪਾਈ ਗਈ ਸੀ ਹਾਲਾਂਕਿ ਪੁਲਿਸ ਨੇ ਪੂਰੇ ਮਾਮਲੇ ਨੂੰ ਇਨਵੈਸਟੀਗੇਸ਼ਨ ਕਰੂਗੀ ਪਰ ਨਾਲ ਹੀ ਦੇਖਿਆ ਜਾਵੇ ਜਿਵੇਂ ਜਿਵੇਂ ਦਾ ਪੂਰਾ ਇੱਕ ਮਾਹੌਲ ਰਹਿੰਦਾ ਤੇ ਉਹਦੇ ਵਿੱਚ ਆਖਿਰਕਾਰ ਦੇ ਨਾਲ ਜਿਵੇਂ ਇਹ ਸਲਿੱਪ ਆਉਂਦੀ ਆ ਹੁਣ ਅੱਗੇ ਦੀ ਕਾਰਵਾਈ ਤਾਂ ਵੱਧਦੀ ਰਹੂਗੀ ਪਰ ਇੰਨਾ ਕਿਹਾ ਜਾ ਸਕਦਾ ਕਿ ਇਸ ਪਰਚੀ ਨੂੰ ਲੈ ਕੇ ਕਾਫੀ ਹੋ ਹੱਲਾ ਜਿਹੜਾ ਅੱਜ ਕਿਵੇਂ ਲੱਗ ਰਿਹਾ ਥੋੜਾ ਸਮਾਂ ਰਹਿ ਗਿਆ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਵੱਖ ਵੱਖ ਬਹੁਤ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਜਿਹੜਾ ਪਬਲਿਕ ਦੇ ਵਿੱਚ ਅੱਜ ਜਿਹੜਾ ਵੋਟਰਾਂ ਦੇ ਵਿੱਚ ਦਿਖਾਈ ਦੇ ਰਿਹਾ ਜਿੱਥੇ ਵੀ ਕਿਤੇ ਜਾਂਦੀ ਹਾਂ ਮੈਂ ਸੜਕ 'ਤੇ ਤਾਂ ਗੱਡੀ ਰੋਕ ਕੇ ਹਰ ਬੰਦਾ ਕਹਿ ਕੇ ਜਾਂਦਾ ਕਿ ਅਸੀਂ ਤੁਹਾਨੂੰ ਵੋਟ ਦੇ ਆਏ ਹਾਂ ਸੋ ਬਹੁਤ ਸਾਰਾ ਜਿਹੜਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਇੱਕ ਜਿਹੜਾ ਬਦਲਾਵ ਦੇ ਲਈ ਲੋਕ ਜਿਹੜਾ ਉਹ ਵੋਟ ਕਰ ਰਹੇ ਨੇ ਅੱਜ ਇੱਕ ਪਰਚੀ ਤੁਹਾਡੇ ਹੱਥ ਦੇ ਵਿੱਚ ਆ ਉਹਦੇ ਬਾਰੇ ਦੱਸੋ ਬਿਲਕੁਲ ਇਹਦੇ ਵਿੱਚ ਕੀ ਅੱਜ ਦੀ ਜਿਹੜੀ ਚੋਣ ਦੇ ਵਿੱਚ ਨਾ ਆਪਣਾ ਜਿਹੜਾ ਉਹ ਇੱਕ ਤੰਤਰ ਇਹਨਾਂ ਨੇ ਜਿਹੜਾ ਯੂਜ਼ ਕੀਤਾ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦਾ ਅਖੀਰ ਤੱਕ ਅਜੇ ਵੀ ਨਹੀਂ ਜਿਹੜਾ ਪਿੱਛੇ ਹਟ ਰਹੇ ਮੰਤਰੀ ਸਾਹਿਬ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿੰਨੇ ਕੁ ਰਿਸ਼ਤੇਦਾਰ ਨੇ ਜਿਹੜੇ ਹਰ ਬੰਦਾ ਜਿਹੜਾ ਪੋਲਿੰਗ ਤੇ ਅੰਦਰ ਜਿਹੜਾ ਘੁਸਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਦੋਂ ਉੱਥੋਂ ਜਿਹੜੇ ਲੋਕਾਂ ਨੇ ਜਦੋਂ ਵਿਰੋਧ ਕੀਤਾ ਹਰਕਿਸ਼ਨਪੁਰਾ ਨੂਰਪੁਰਾ ਉਹਨਾਂ ਪਿੰਡਾਂ ਦੇ ਵਿੱਚ ਵਿਰੋਧ ਕਰਕੇ ਮੁੰਡਿਆਂ ਨੇ ਉੱਥੋਂ ਭਜਾਇਆ ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਜਾਣ ਬੁੱਝ ਕੇ ਇਦਾਂ ਦੀਆਂ ਗਲਤੀਆਂ ਕਿਉਂ ਕਰ ਆਹ ਤੁਹਾਡੇ ਸਾਹਮਣੇ ਆ ਇਹ ਵੋਟ ਪਰਚੀ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਵੋਟ ਪਰਚੀ ਹੈ ਜਿਹੜੀ ਅੰਦਰ ਜਿਹੜਾ ਪੋਲਿੰਗ ਤੇ ਬੂਥ ਤੇ ਨਹੀਂ ਜਾ ਸਕਦੀ ਅੰਦਰ ਇਹ ਜਾਣ ਬੁੱਝ ਕੇ ਇਹ ਪਰਚੀਆਂ ਵੰਡੀਆਂ ਗਈਆਂ ਨੇ ਮੈਂ ਖੁਦ 139 ਨੰਬਰ ਬੂਥ ਹੈ ਗਰਲ ਸਕੂਲ ਹੈ ਜਿਹੜਾ ਭਾਨੀਗੜ੍ਹ ਉੱਥੋਂ ਉਹਨਾਂ ਦੇ ਪੋਲਿੰਗ ਏਜੰਟ ਦੇ ਹੱਥ ਦੇ ਵਿੱਚੋਂ ਆ ਪਰਚੀ ਫੜੀ ਹੈ ਅਤੇ ਮੌਕੇ 'ਤੇ ਪ੍ਰਸ਼ਾਸਨ ਪਹੁੰਚਿਆ ਡੀਸੀ ਸਾਹਿਬ ਉੱਥੇ ਪਹੁੰਚੇ ਨੇ ਔਰ ਉਹਨਾਂ ਨੇ ਕਾਰਵਾਈ ਦਾ ਜਿਹੜਾ ਭਰੋਸਾ ਦਵਾਇਆ ਔਰ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ
ਅੱਜ ਇਹ ਪਰਚੀ ਫੜੀ ਗਈ ਆ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਹਰਕਤਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂ ਜਿਹੜਾ ਕਾਨੂੰਨ ਨੂੰ ਜਿਹੜਾ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਲੋਕ ਉਹਨਾਂ ਲੋਕਾਂ ਤੋਂ ਕੀ ਉਮੀਦ ਕਰਨਗੇ ਜਿਹੜੇ ਲੋਕ ਅੱਜ ਹੀ ਕਾਨੂੰਨ ਨੂੰ ਤੋੜ ਰਹੇ ਨੇ ਤਾਂ ਕੱਲ੍ਹ ਨੂੰ ਜਾ ਕੇ ਕੀ ਕਰਨਗੇ ਸਰ ਇਹਦਾ ਫੰਕਸ਼ਨ ਹੈ ਸਿੰਪਲ ਜਿਹੜੀ ਸਲਿੱਪ ਆ ਜਦੋਂ BLO ਸਤਿ ਸ਼੍ਰੀ ਅਕਾਲ ਡੇਲੀ ਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਇੱਕ ਵੀਡੀਓ ਬੜਾ ਸੋਸ਼ਲ ਮੀਡੀਆ ਤੇ ਲਗਾਤਾਰ ਹੁਣ ਵਾਇਰਲ ਹੋਣ ਲੱਗਿਆ ਹੈ ਵੀਡੀਓ ਨਰਿੰਦਰ ਕੌਰ ਭਰਾਜ ਦਾ ਹੈ ਜਿਹੜੀ ਕਿ ਸੰਗਰੂਰ ਤੋਂ ਆਮ ਆਦਮੀ ਅੱਜ ਕਿਵੇਂ ਲੱਗ ਰਿਹਾ ਥੋੜਾ ਸਮਾਂ ਰਹਿ ਗਿਆ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਅੱਜ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਜਿਹੜਾ ਪਬਲਿਕ ਦੇ ਵਿੱਚ ਅੱਜ ਜਿਹੜਾ ਵੋਟਰਾਂ ਦੇ ਵਿੱਚ ਦਿਖਾਈ ਦੇ ਰਿਹਾ ਜਿੱਥੇ ਵੀ ਕਿਤੇ ਜਾਂਦੀ ਹਾਂ ਮੈਂ ਸੜਕ 'ਤੇ ਤਾਂ ਗੱਡੀ ਰੋਕ ਕੇ ਹਰ ਬੰਦਾ ਕਹਿ ਕੇ ਜਾਂਦਾ ਕਿ ਅਸੀਂ ਤੁਹਾਨੂੰ ਵੋਟ ਦੇ ਆਏ ਹਾਂ ਸੋ ਬਹੁਤ ਸਾਰਾ ਜਿਹੜਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਇੱਕ ਜਿਹੜਾ ਬਦਲਾਵ ਦੇ ਲਈ ਲੋਕ ਜਿਹੜਾ ਉਹ ਵੋਟ ਕਰ ਰਹੇ ਨੇ ਬਿਲਕੁਲ ਇਹਦੇ ਵਿੱਚ ਕੀ ਅੱਜ ਦੀ ਜਿਹੜੀ ਚੋਣ ਦੇ ਵਿੱਚ ਨਾ ਆਪਣਾ ਜਿਹੜਾ ਉਹ ਇੱਕ ਤੰਤਰ ਇਹਨਾਂ ਨੇ ਜਿਹੜਾ ਯੂਜ਼ ਕੀਤਾ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦਾ ਅਖੀਰ ਤੱਕ ਅਜੇ ਵੀ ਨਹੀਂ ਜਿਹੜਾ ਪਿੱਛੇ ਹਟ ਰਹੇ ਮੰਤਰੀ ਸਾਹਿਬ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿੰਨੇ ਕੁ ਰਿਸ਼ਤੇਦਾਰ ਨੇ ਜਿਹੜੇ ਹਰ ਬੰਦਾ ਜਿਹੜਾ ਪੋਲਿੰਗ ਦੇ ਅੰਦਰ ਜਿਹੜਾ ਘੁਸਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਦੋਂ ਉੱਥੋਂ ਜਿਹੜੇ ਲੋਕਾਂ ਨੇ ਜਦੋਂ ਵਿਰੋਧ ਕੀਤਾ ਹਰਕਿਸ਼ਨਪੁਰਾ ਨੂਰਪੁਰਾ ਉਹਨਾਂ ਪਿੰਡਾਂ ਦੇ ਵਿੱਚ ਵਿਰੋਧ ਕਰਕੇ ਮੁੰਡਿਆਂ ਨੇ ਉੱਥੋਂ ਭਜਾਇਆ ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਗਲਤੀਆਂ ਕਿਉਂ ਕਰ ਆਹ ਦੇ ਆਹ ਤੁਹਾਡੇ ਸਾਹਮਣੇ ਆ ਇਹ ਵੋਟ ਪਰਚੀ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਵੋਟ ਪਰਚੀ ਹੈ ਜਿਹੜੀ ਅੰਦਰ ਜਿਹੜਾ ਪੋਲਿੰਗ ਤੇ ਬੂਥ ਤੇ ਨਹੀਂ ਜਾ ਸਕਦੀ ਅੰਦਰ ਇਹ ਜਾਣ ਬੁੱਝ ਕੇ ਇਹ ਪਰਚੀਆਂ ਵੰਡੀਆਂ ਗਈਆਂ ਨੇ ਮੈਂ ਖੁਦ 139 ਨੰਬਰ ਬੂਥ ਹੈ ਗਰਲ ਸਕੂਲ ਹੈ ਜਿਹੜਾ ਭਾਨੀਗੜ੍ਹ ਉੱਥੋਂ ਉਹਨਾਂ ਦੇ ਪੋਲਿੰਗ ਏਜੰਟ ਦੇ ਹੱਥ ਦੇ ਵਿੱਚੋਂ ਆਹ ਪਰਚੀ ਫੜੀ ਹੈ ਅਤੇ ਮੌਕੇ 'ਤੇ ਪ੍ਰਸ਼ਾਸਨ ਪਹੁੰਚਿਆ ਡੀ ਸੀ ਸਾਹਿਬ ਉੱਥੇ ਪਹੁੰਚੇ ਨੇ ਔਰ ਉਹਨਾਂ ਨੇ ਕਾਰਵਾਈ ਦਾ ਜਿਹੜਾ ਭਰੋਸਾ ਦਵਾਇਆ ਔਰ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਪੈਟਰੋਲ ਪੰਪ ਮੈਂ ਤਾਂ ਪਹਿਲਾਂ ਇਸ ਚੀਜ਼ ਨੂੰ ਮੈਂ ਪ੍ਰਸ਼ਾਸਨ ਨੂੰ ਪਹਿਲਾਂ ਕਹਿ ਚੁੱਕੀ ਹਾਂ ਪਹਿਲਾਂ ਪੈਟਰੋਲ ਪੰਪ ਤੋਂ ਜਿਹੜਾ ਫੜਿਆ ਗਿਆ ਪੰਪ ਨੂੰ ਸੀਲ ਕੀਤਾ ਗਿਆ ਮੰਤਰੀ ਨੂੰ ਕਿਉਂ ਨਹੀਂ ਸੀਲ ਕੀਤਾ ਗਿਆ ਅੱਜ ਇਹ ਪਰਚੀ ਫੜੀ ਗਈ ਹੈ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਹਰਕਤਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂ ਜਿਹੜਾ ਕਾਨੂੰਨ ਨੂੰ ਜਿਹੜਾ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਲੋਕ ਉਹਨਾਂ ਲੋਕਾਂ ਤੋਂ ਕੀ ਉਮੀਦ ਕਰਨਗੇ ਜਿਹੜੇ ਲੋਕ ਅੱਜ ਹੀ ਕਾਨੂੰਨ ਨੂੰ ਤੋੜ ਰਹੇ ਨੇ ਤਾਂ ਕੱਲ੍ਹ ਨੂੰ ਜਾ ਕੇ ਕੀ ਕਰਨਗੇ ਸਰ ਇਹਦਾ ਫੰਕਸ਼ਨ ਹੈ ਸਿੰਪਲ ਜਿਹੜੀ ਸਲਿੱਪ ਆ ਜਦੋਂ BLO ਕਿਵੇਂ ਲੱਗ ਰਿਹਾ ਥੋੜਾ ਸਮਾਂ ਰਹਿ ਗਿਆ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਵੱਖ-ਵੱਖ ਬਹੁਤ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਜਿਹੜਾ ਪਬਲਿਕ ਦੇ ਵਿੱਚ ਅੱਜ ਜਿਹੜਾ ਵੋਟਰਾਂ ਦੇ ਵਿੱਚ ਦਿਖਾਈ ਦੇ ਰਿਹਾ ਜਿੱਥੇ ਵੀ ਕਿਤੇ ਜਾਂਦੀ ਹਾਂ ਮੈਂ ਸੜਕ 'ਤੇ ਤਾਂ ਗੱਡੀ ਰੋਕ ਕੇ ਹਰ ਬੰਦਾ ਕਹਿ ਕੇ ਜਾਂਦਾ ਕਿ ਅਸੀਂ ਤੁਹਾਨੂੰ ਵੋਟ ਦੇ ਆਏ ਹਾਂ ਸੋ ਬਹੁਤ ਸਾਰਾ ਜਿਹੜਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਇੱਕ ਜਿਹੜਾ ਬਦਲਾਵ ਦੇ ਲਈ ਲੋਕ ਜਿਹੜਾ ਉਹ ਵੋਟ ਕਰ ਰਹੇ ਨੇ ਅੱਜ ਇੱਕ ਪਰਚੀ ਤੁਹਾਡੇ ਹੱਥ ਦੇ ਵਿੱਚ ਆ ਉਹਦੇ ਬਾਰੇ ਬਿਲਕੁਲ ਇਹਦੇ ਵਿੱਚ ਕੀ ਅੱਜ ਦੀ ਜਿਹੜੀ ਚੋਣ ਦੇ ਵਿੱਚ ਨਾ ਆਪਣਾ ਜਿਹੜਾ ਉਹ ਇੱਕ ਤੰਤਰ ਇਹਨਾਂ ਨੇ ਜਿਹੜਾ ਯੂਜ਼ ਕੀਤਾ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦਾ ਅਖੀਰ ਤੱਕ ਅਜੇ ਵੀ ਨਹੀਂ ਜਿਹੜਾ ਪਿੱਛੇ ਹਟ ਰਹੇ ਮੰਤਰੀ ਸਾਹਿਬ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕਿੰਨੇ ਕੁ ਰਿਸ਼ਤੇਦਾਰ ਨੇ ਜਿਹੜੇ ਹਰ ਬੰਦਾ ਜਿਹੜਾ ਪੋਲਿੰਗ ਤੇ ਅੰਦਰ ਜਿਹੜਾ ਘੁਸਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਦੋਂ ਉੱਥੋਂ ਜਿਹੜੇ ਲੋਕਾਂ ਨੇ ਜਦੋਂ ਵਿਰੋਧ ਕੀਤਾ ਹਰਕਿਸ਼ਨਪੁਰਾ ਨੂਰਪੁਰਾ ਉਹਨਾਂ ਪਿੰਡਾਂ ਦੇ ਵਿੱਚ ਵਿਰੋਧ ਕਰਕੇ ਮੁੰਡਿਆਂ ਨੇ ਉੱਥੋਂ ਭਜਾਇਆ ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਗਲਤੀਆਂ ਕਿਉਂ ਕਰ ਆਹ ਦੇ ਆਹ ਤੁਹਾਡੇ ਸਾਹਮਣੇ ਆ ਇਹ ਵੋਟ ਪਰਚੀ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਵੋਟ ਪਰਚੀ ਹੈ ਜਿਹੜੀ ਅੰਦਰ ਜਿਹੜਾ ਪੋਲਿੰਗ ਤੇ ਬੂਥ ਤੇ ਨਹੀਂ ਜਾ ਸਕਦੀ ਅੰਦਰ ਇਹ ਜਾਣ ਬੁੱਝ ਕੇ ਇਹ ਪਰਚੀਆਂ ਵੰਡੀਆਂ ਗਈਆਂ ਨੇ ਮੈਂ ਖੁਦ 139 ਨੰਬਰ ਬੂਥ ਹੈ ਗਰਲ ਸਕੂਲ ਹੈ ਜਿਹੜਾ ਭਾਨੀਗੜ੍ਹ ਉੱਥੋਂ ਉਹਨਾਂ ਦੇ ਪੋਲਿੰਗ ਏਜੰਟ ਦੇ ਹੱਥ ਦੇ ਵਿੱਚੋਂ ਆਹ ਪਰਚੀ ਫੜੀ ਹੈ ਅਤੇ ਮੌਕੇ 'ਤੇ ਪ੍ਰਸ਼ਾਸਨ ਪਹੁੰਚਿਆ ਡੀ ਸੀ ਸਾਹਿਬ ਉੱਥੇ ਪਹੁੰਚੇ ਨੇ ਔਰ ਉਹਨਾਂ ਨੇ ਕਾਰਵਾਈ ਦਾ ਜਿਹੜਾ ਭਰੋਸਾ ਦਵਾਇਆ ਔਰ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਪੈਟਰੋਲ ਪੰਪ ਮੈਂ ਤਾਂ ਪਹਿਲਾਂ ਇਸ ਚੀਜ਼ ਨੂੰ ਮੈਂ ਪ੍ਰਸ਼ਾਸਨ ਨੂੰ ਪਹਿਲਾਂ ਕਹਿ ਚੁੱਕੀ ਹਾਂ ਪਹਿਲਾਂ ਪੈਟਰੋਲ ਪੰਪ ਤੋਂ ਜਿਹੜਾ ਫੜਿਆ ਗਿਆ ਪੰਪ ਨੂੰ ਸੀਲ ਕੀਤਾ ਗਿਆ ਮੰਤਰੀ ਨੂੰ ਕਿਉਂ ਨਹੀਂ ਸੀਲ ਕੀਤਾ ਗਿਆ ਅੱਜ ਇਹ ਪਰਚੀ ਫੜੀ ਗਈ ਹੈ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਹਰਕਤਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂ ਜਿਹੜਾ ਕਾਨੂੰਨ ਨੂੰ ਜਿਹੜਾ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਲੋਕ ਉਹਨਾਂ ਲੋਕਾਂ ਤੋਂ ਕੀ ਉਮੀਦ ਕਰਨਗੇ ਜਿਹੜੇ ਲੋਕ ਅੱਜ ਹੀ ਕਾਨੂੰਨ ਨੂੰ ਤੋੜ ਰਹੇ ਨੇ ਤਾਂ ਕੱਲ੍ਹ ਨੂੰ ਜਾ ਕੇ ਕੀ ਕਰਨਗੇ ਸਰ ਇਹਦਾ ਫੰਕਸ਼ਨ ਹੈ ਸਿੰਪਲ ਜਿਹੜੀ ਸਲਿੱਪ ਆ ਜਦੋਂ BLO ਕਿਵੇਂ ਲੱਗ ਰਿਹਾ ਥੋੜਾ ਸਮਾਂ ਰਹਿ ਗਿਆ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਬਹੁਤ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਜਿਹੜਾ ਪਬਲਿਕ ਦੇ ਵਿੱਚ ਅੱਜ ਜਿਹੜਾ ਵੋਟਰਾਂ ਦੇ ਵਿੱਚ ਦਿਖਾਈ ਦੇ ਰਿਹਾ ਜਿੱਥੇ ਵੀ ਕਿਤੇ ਜਾਂਦੀ ਹਾਂ ਮੈਂ ਸੜਕ 'ਤੇ ਤਾਂ ਗੱਡੀ ਰੋਕ ਕੇ ਹਰ ਬੰਦਾ ਕਹਿ ਕੇ ਜਾਂਦਾ ਕਿ ਅਸੀਂ ਤੁਹਾਨੂੰ ਵੋਟ ਦੇ ਆਏ ਹਾਂ ਸੋ ਬਹੁਤ ਸਾਰਾ ਜਿਹੜਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਇੱਕ ਜਿਹੜਾ ਬਦਲਾਵ ਦੇ ਲਈ ਲੋਕ ਜਿਹੜਾ ਉਹ ਵੋਟ ਕਰ ਰਹੇ ਨੇ ਅੱਜ ਇੱਕ ਪਰਚੀ ਤੁਹਾਡੇ ਹੱਥ ਦੇ ਵਿੱਚ ਆ ਉਹਦੇ ਬਾਰੇ
बिलकुल ए अज दी चोन ना अपना जरा एक तंत्र इन्होंने जरा यूज किया लोगों जरा गुमराह कर अखीर तक अजे भी नहीं जो पिछे हट रहे मंत्री साहब मैं तो समझ नहीं आती भी किन्ने रिश्तेदार ने जो हर बंदा जरा पोलिंग के अंदर जरा घुसण की जी कोशिश कर रहे बढ़न की कोशिश कर रहे पिंड जो उतों जोड़े लोगों ने जो विरोध किया हरकिशनपुरा नूरपुरा उन्होंने पिंड विरोध करके मुंडिया ने उतों भजाया सो मैं समझ नहीं आती कि जिथे भी कि सड़क से गड्डी रोक के हर बंदा कह के जाता कि असीं तुहानूं वोट दे आए हैं सो बहुत सारा जो उत्साह जो लोगों के दिखाई दे रहा एक जो बदलाव दे लई लोकी जो वोट कर रहे बिलकुल ए अज दी चोन ना अपना जरा एक तंत्र इन्होंने जरा यूज किया लोगों जरा गुमराह कर अखीर तक अजे भी नहीं जो पिछे हट रहे मंत्री साहब मैं तो समझ नहीं आती भी किन्ने रिश्तेदार ने जो हर बंदा जरा पोलिंग के अंदर जरा घुसण की जी कोशिश कर रहे बढ़न की कोशिश कर रहे पिंड जो उतों जोड़े लोगों ने जो विरोध किया हरकिशनपुरा नूरपुरा उन्होंने पिंड विरोध करके मुंडिया ने उतों भजाया सो मैं समझ नहीं आती कि जान बुझ के इदा दलतियां क्यों कर आोड़े सामने आ ये वोट पर्ची की गल उन्होंने पता नहीं है भी ये वोट पर्ची है जी अंदर जो पोलिंग बूथ से नहीं जा सकती अंदर ये जान बुझ के पर्चियां वंडिया गई ने मैं खुद 139 नंबर बूथ है गर्ल स्कूल है जोड़ा भानीगढ़ उतों उन्होंने पोलिंग एजेंट के हाथ के पर्ची फड़ी है तो मौके पर प्रशासन पहुंचे डीसी साहब उत्थे पहुंचे ने और उन्होंने कार्रवाई का जोड़ा भरोसा दवाया और देखते हैं कि आने वाले दिनों की कार्रवाई होंगी लगातार कार्रवाई हो रही है पेट्रोल मैं तो पहला इस चीज़ में मैं प्रशासन को पहला कह चुकी हूँ पहला पेट्रोल पंप तो जोड़ा फड़िया गया पंप में सील किया गया मंत्री क्यों नहीं सील किया गया अज ये परची फड़ी गई है जान बुझ के इदा दरकत क्यों की जा रही क्यों जो कानून जो तोड़न दशिशा की जा रही सो लोग उन्होंने तो की उम्मीद करे जो लोग अज ही कानून तोड़ रहे हैं तो कल जाके की करे बहुत ज्यादा उत्साह जिहड़ा पब्लिक वोटरां दे विच दिखाई दे रहा जिथे भी कि मैं सड़क से तो गड्डी रोक के हर बंदा कह के जाता कि असीं तुहानूं वोट दे आए हैं सो बहुत सारा जो उत्साह जो लोगों के जो दिखाई दे रहा एक जो बदलाव के लिए लोकी जो वोट कर रहे हैं बिलकुल ए अज दी चोन ना अपना जरा एक तंत्र इन्होंने जरा यूज किया लोगों जरा गुमराह कर अखीर तक अजे भी नहीं जो पिछे हट रहे मंत्री साहब मैं तो समझ नहीं आती भी किन्ने रिश्तेदार ने जो हर बंदा जरा पोलिंग के अंदर जरा घुसण की जी कोशिश कर रहे बढ़न की कोशिश कर रहे पिंड जो उतों जोड़े लोगों ने जो विरोध किया हरकिशनपुरा नूरपुरा उन्होंने पिंड विरोध करके मुंडिया ने उतों भजाया सो मैं समझ नहीं आती कि जान बुझ के इदा दलतियां क्यों कर आोड़े सामने आ ये वोट परची की गल उन्होंने पता नहीं है भी ये वोट परची है जी अंदर जो पोलिंग बूथ से नहीं जा सकती अंदर ये जान बुझ के पर्चियां वंडिया गई ने मैं खुद 139 नंबर बूथ है गर्ल स्कूल है जोड़ा भानीगढ़ उतों उन्होंने पोलिंग एजेंट के हाथ के पर्ची फड़ी है तो मौके पर प्रशासन पहुंचे डीसी साहब उत्थे पहुंचे ने और उन्होंने कार्रवाई का जोड़ा भरोसा दवाया और देखते हैं कि आने वाले दिनों की कार्रवाई होंगी लगातार कार्रवाई हो रही पेट्रोल मैं तो पहला इस चीज़ में मैं प्रशासन को पहला कह चुकी हूँ पहला पेट्रोल पंप तो जोड़ा फड़िया गया पंप में सील किया गया मंत्री क्यों नहीं सील किया गया अज ये परची फड़ी गई है जान बुझ के इदा दरकत क्यों की जा रही क्यों जो कानून जो तोड़न दशिशा की जा रही सो लोग उन्होंने तो की उम्मीद करे जो लोग अज ही कानून तोड़ रहे हैं तो कल जाके की करे बहुत ज्यादा उत्साह जिहड़ा पब्लिक वोटरां दे विच दिखाई दे रहा जिथे भी कि मैं सड़क से तो गड्डी रोक के हर बंदा कह के जाता कि असीं तुहानूं वोट दे आए हैं सो बहुत सारा जो उत्साह जो लोगों के जो दिखाई दे रहा एक जो बदलाव के लिए लोग जो वोट कर रहे हैं
हां बिल्कुल एदे विच की अज दी जिहड़ी चोण दे विच ना अपना जिहड़ा ओह इक तंत्र इन्हां ने जिहड़ा यूज कीता लोकां नूं जिहड़ा गुमराह करन दा अखीर तक अजे भी नहीं जिहड़ा पिछे हट रहे मंत्री साहब मैनूं समझ नहीं आउंदी भी किन्ने क रिश्तेदार ने जिहड़े हर बंदा जिहड़ा पोलिंग ते अंदर जिहड़ा घुसण की जी कोशिश कर रहे हैं बढ़न की कोशिश कर रहे हैं पिंडों के जो उतों जोड़े लोगों ने जो विरोध किया हरकिशनपुरा नूरपुरा उन्होंने पिंड विरोध करके मुंडिया ने उतों भजाया सो मैं समझ नहीं आती कि जान बुझ के इदा दलतियां क्यों कर आोड़े सामने आ वोट परची की गल उन्होंने पता नहीं है भी ये वोट परची है जी अंदर जो पोलिंग बूथ से नहीं जा सकती अंदर ये जान बुझ के परचियां वंडिया गई ने मैं खुद 139 नंबर बूथ है गर्ल स्कूल है जो भानीगढ़ उतों उन्होंने पोलिंग एजेंट के हाथ के परची फड़ी है तो मौके पर प्रशासन पहुंचे डीसी साहब उत्थे पहुंचे ने और उन्होंने कार्रवाई का जो भरोसा दवाया और देखते हैं कि आने वाले दिनों के कार्रवाई होंगी लगातार हो रही है पेट्रोल मैं तो पहला इस चीज़ को मैं प्रशासन पहला कह चुकी हूँ पहला पेट्रोल पंप तो जो फड़िया गया पंप को सील किया गया मंत्री को क्यों नहीं सील किया गया अजे परची फड़ी गई है जान बुझ के इदा दरकत क्यों की जा रही क्यों जो कानून जो तोड़न दशिशा की जा रही सो लोग उन्होंने तो की उम्मीद करे जे लोग अज ही कानून तोड़ रहे हैं तो कल जाके की करे बहुत बहुत ज्यादा उत्साह जो पब्लिक वोटर दिखाई दे रहा जिथे भी कितने जानी मैं सड़क से गड्डी रोक के हर बंदा कह के जाता कि असं थोड़ा वोट दे आए हैं सो बहुत सारा जो उत्साह जो लोगों के जो दिखाई दे रहा एक जो बदलाव के लिए लोग जो वोट कर रहे हैं हाँ बिल्कुल ये की अज की जी चोण के ना अपना जोड़ा वो एक तंत्र इन्होंने जोड़ा यूज किया लोगों जो गुमराह कर अखीर तक अजे भी नहीं जो पिछे हट रहे मंत्री साहब मैं तो समझ नहीं आती भी किन्ने क रिश्तेदार ने जोड़े हर बंदा जोड़ा पोलिंग के अंदर जोड़ा घुसण की जी कोशिश कर रहे बढ़न की कोशिश कर रहे पिंडों के जो उतों जोड़े लोगों ने जो विरोध किया हरकिशनपुरा नूरपुरा उन्होंने पिंड विरोध करके मुंडिया ने उतों भजाया सो मैं समझ नहीं आती कि जान बुझ के इदा दलतियां क्यों कर आोड़े सामने आ वोट परची की गल उन्होंने पता नहीं है भी ये वोट परची है जी अंदर जो पोलिंग बूथ से नहीं जा सकती अंदर यह जान बुझ के परचियां वंडिया गई ने मैं खुद 139 नंबर बूथ है गर्ल स्कूल है जो भानीगढ़ उतों उन्होंने पोलिंग एजेंट के हाथ के परची फड़ी है तो मौके पर प्रशासन पहुंचे डीसी साहब उत्थे पहुंचे ने और उन्होंने कार्रवाई का जो भरोसा दवाया और देखते हैं कि आने वाले दिनों के कार्रवाई होंगी लगातार हो रही है पेट्रोल मैं तो पहला इस चीज़ को मैं प्रशासन को पहला कह चुकी हूँ पहला पेट्रोल पंप तो जो फड़िया गया पंप को सील किया गया मंत्री को क्यों नहीं सील किया गया अजे परची फड़ी गई है जान बुझ के इदा दरकत क्यों की जा रही क्यों जो कानून जो तोड़न दशिशा की जा रही सो लोग उन्होंने तो की उम्मीद करे जे लोग अज ही कानून तोड़ रहे हैं तो कल जाके की करे बहुत बहुत ज्यादा जिहड़ा उत्साह जिहड़ा पब्लिक दे विच अज जिहड़ा वोटरां दे विच दिखाई दे रहा जिथे भी कितने जानी मैं सड़क से गड्डी रोक के हर बंदा कह के जाता कि असं थोड़ा वोट दे आए हैं सो बहुत सारा जो उत्साह जो लोगों के जो दिखाई दे रहा एक जो बदलाव के लिए लोग जो वोट कर रहे हाँ बिल्कुल ये की अज की जी चोण के ना अपना जोड़ा वो एक तंत्र इन्होंने जोड़ा यूज किया लोगों जो गुमराह कर अखीर तक अजे भी नहीं जो पिछे हट रहे मंत्री साहब मैं तो समझ नहीं आती भी किन्ने क रिश्तेदार ने जोड़े हर बंदा जोड़ा पोलिंग के अंदर जोड़ा घुसण की जी कोशिश कर रहे बढ़न की कोशिश कर रहे पिंडों के जो उतों जोड़े लोगों ने जो विरोध किया हरकिशनपुरा नूरपुरा उन्होंने पिंड विरोध करके मुंडिया ने उतों भजाया सो मैं समझ नहीं आती कि जान बुझ के इदा दलतियां क्यों कर आोड़े सामने आ वोट परची की गल उन्होंने पता नहीं है भी ये वोट परची है जी अंदर जो पोलिंग बूथ से नहीं जा सकती अंदर यह जान बुझ के परचियां वंडिया गई ने मैं खुद 139 नंबर बूथ है गर्ल स्कूल है जो भानीगढ़ उतों उन्होंने पोलिंग एजेंट के हाथ के परची फड़ी है तो मौके पर प्रशासन पहुंचे डीसी साहब उत्थे पहुंचे ने और उन्होंने कार्रवाई का जो भरोसा दवाया और देखते हैं कि आने वाले दिनों के कार्रवाई होंगी लगातार हो रही है पेट्रोल मैं तो पहला इस चीज़ को मैं प्रशासन को पहला कह चुकी हूँ पहला पेट्रोल पंप तो जो फड़िया गया पंप को सील किया गया मंत्री को क्यों नहीं सील किया गया अजे परची फड़ी गई है जान बुझ के इदा दरकत क्यों की जा रही क्यों जो कानून जो तोड़न दशिशा की जा रही सो लोग उन्होंने तो की उम्मीद करे जे लोग अज ही कानून तोड़ रहे हैं तो कल जाके की करे
सर एदा फंक्शन है सिंपल जिहड़ी स्लिप आ जदों बीएलओ जिथे भी कि सड़क ते गड्डी रोक के हर बंदा कह के जांदा कि असीं तुहानूं वोट दे आए हां। सो बहुत सारा जिहड़ा उत्साह जिहड़ा लोकां दे विच जिहड़ा दिखाई दे रिहा, इक जिहड़ा बदलाव दे लई लोकी जिहड़ा ओह वोट कर रहे ने। बिल्कुल, ए अज की जी चोन दे विच ना अपना जिहड़ा ओह इक तंत्र इन्हां ने जिहड़ा यूज किया लोकां नूं जिहड़ा गुमराह करन दा, अखीर तक अजे भी नहीं जिहड़ा पिछे हट रहे। मंत्री साहब मैनूं समझ नहीं आउंदी भी किन्ने क रिश्तेदार ने जिहड़े हर बंदा जिहड़ा पोलिंग ते अंदर जिहड़ा घुसण की जी कोशिश कर रहे, बढ़न की कोशिश कर रहे। पिंडां दे विच जदों उत्थों जिहड़े लोकां ने जदों विरोध किया हरकिशनपुरा नूरपुरा उन्हां पिंडां दे विच विरोध करके मुंडियां ने उत्थों भजाया। सो मैनूं समझ नहीं आउंदी कि इह जाण बुझ के इदां दीआं गलतियां क्यों कर रहे। आ दे आ तुहाडे सामणे आ ये वोट पर्ची की गल, उन्होंने पता नहीं है भी ये वोट पर्ची है जी अंदर जो पोलिंग बूथ से नहीं जा सकती अंदर, ये जान बुझ के पर्चियां वंडियां गई ने। मैं खुद 139 नंबर बूथ है गर्ल स्कूल है जोड़ा भानीगढ़ उतों उन्होंने पोलिंग एजेंट के हाथ के पर्ची फड़ी है, तो मौके पर प्रशासन पहुंचा, डीसी साहब उत्थे पहुंचे ने और उन्होंने कार्रवाई का जोड़ा भरोसा दवाया और देखते हैं कि आने वाले दिनों की कार्रवाई होंगी। मैं तो पहला इस चीज़ को मैं प्रशासन को पहला कह चुकी हूँ, पहला पेट्रोल पंप तो जोड़ा फड़िया गया पंप नूं सील किया गया, मंत्री क्यों नहीं सील किया गया, अज ये पर्ची फड़ी गई है, जान बुझ के इदा दरकत क्यों की जा रही, क्यों जोड़ा कानून जो तोड़न दशिशा की जा रही। सो लोग उन्होंने तो की उम्मीद करे जे लोग अज ही कानून तोड़ रहे हैं तो कल जाके की करे। सर एदा फंक्शन है सिंपल जिहड़ी स्लिप आ जदों बीएलओ बहुत ज्यादे जिहड़ा उत्साह जिहड़ा पब्लिक दे विच अज जिहड़ा वोटरां दे विच दिखाई दे रहा। जिथे भी कितें जानी हाँ मैं सड़क ते तां गड्डी रोक के हर बंदा कह के जांदा कि असीं तुहानूं वोट दे आए हां। सो बहुत सारा जिहड़ा उत्साह जिहड़ा लोकां दे विच जिहड़ा दिखाई दे रहा, इक जिहड़ा बदलाव दे लई लोकी जिहड़ा ओह वोट कर रहे ने। बिल्कुल, ए अज की जी चोन दे विच ना अपना जिहड़ा ओह इक तंत्र इन्हां ने जिहड़ा यूज किया लोकां नूं जिहड़ा गुमराह करन दा, अखीर तक अजे भी नहीं जिहड़ा पिछे हट रहे। मंत्री साहब मैनूं समझ नहीं आउंदी भी किन्ने क रिश्तेदार ने जिहड़े हर बंदा जिहड़ा पोलिंग ते अंदर जिहड़ा घुसण की जी कोशिश कर रहे, बढ़न की कोशिश कर रहे। पिंडां दे विच जदों उत्थों जिहड़े लोकां ने जदों विरोध किया हरकिशनपुरा नूरपुरा उन्हां पिंडां दे विच विरोध करके मुंडियां ने उत्थों भजाया। सो मैनूं समझ नहीं आउंदी कि इह जाण बुझ के इदां दीआं गलतियां क्यों कर रहे। आ दे आ तुहाडे सामणे आ ये वोट पर्ची की गल, उन्होंने पता नहीं है भी ये वोट पर्ची है जी अंदर जो पोलिंग बूथ से नहीं जा सकती अंदर, ये जान बुझ के पर्चियां वंडियां गई ने। मैं खुद 139 नंबर बूथ है गर्ल स्कूल है जोड़ा भानीगढ़ उतों उन्होंने पोलिंग एजेंट के हाथ के पर्ची फड़ी है, तो मौके पर प्रशासन पहुंचा, डीसी साहब उत्थे पहुंचे ने और उन्होंने कार्रवाई का जोड़ा भरोसा दवाया और देखते हैं कि आने वाले दिनों की कार्रवाई होंगी। मैं तो पहला इस चीज़ को मैं प्रशासन को पहला कह चुकी हूँ, पहला पेट्रोल पंप तो जोड़ा फड़िया गया पंप नूं सील किया गया, मंत्री क्यों नहीं सील किया गया, अज ये पर्ची फड़ी गई है, जान बुझ के इदा दरकत क्यों की जा रही, क्यों जोड़ा कानून जो तोड़न दशिशा की जा रही। सो लोग उन्होंने तो की उम्मीद करे जे लोग अज ही कानून तोड़ रहे हैं तो कल जाके की करे। सर एदा फंक्शन है सिंपल जिहड़ी स्लिप आ जदों बीएलओ बहुत ज्यादे जिहड़ा उत्साह जिहड़ा पब्लिक दे विच अज जिहड़ा वोटरां दे विच दिखाई दे रहा। जिथे भी कितें जानी हाँ मैं सड़क ते तां गड्डी रोक के हर बंदा कह के जांदा कि असीं तुहानूं वोट दे आए हां। सो बहुत सारा जिहड़ा उत्साह जिहड़ा लोकां दे विच जिहड़ा दिखाई दे रहा, इक जिहड़ा बदलाव दे लई लोकी जिहड़ा ओह वोट कर रहे ने। बिल्कुल, ए अज की जी चोन दे विच ना अपना जिहड़ा ओह इक तंत्र इन्हां ने जिहड़ा यूज किया लोकां नूं जिहड़ा गुमराह करन दा, अखीर तक अजे भी नहीं जिहड़ा पिछे हट रहे। मंत्री साहब मैनूं समझ नहीं आउंदी भी किन्ने क रिश्तेदार ने जिहड़े हर बंदा जिहड़ा पोलिंग ते अंदर जिहड़ा घुसण की जी कोशिश कर रहे, बढ़न की कोशिश कर रहे। पिंडां दे विच जदों उत्थों जिहड़े लोकां ने जदों विरोध किया हरकिशनपुरा नूरपुरा उन्हां पिंडां दे विच विरोध करके मुंडियां ने उत्थों भजाया। सो मैनूं समझ नहीं आउंदी कि इह जाण बुझ के इदां दीआं गलतियां क्यों कर रहे। आ दे आ तुहाडे सामणे आ ये वोट पर्ची
ਕੀ ਗੱਲ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਵੋਟ ਪਰਚੀ ਹੈ ਜਿਹੜੀ ਅੰਦਰ ਜਿਹੜਾ ਪੋਲਿੰਗ ਤੇ ਬੂਥ ਤੇ ਨਹੀਂ ਜਾ ਸਕਦੀ ਅੰਦਰ ਇਹ ਜਾਣ ਬੁੱਝ ਕੇ ਪਰਚੀਆਂ ਵੰਡੀਆਂ ਗਈਆਂ ਨੇ ਮੈਂ ਖੁਦ 139 ਨੰਬਰ ਬੂਥ ਹੈ ਗਰਲ ਸਕੂਲ ਹੈ ਜਿਹੜਾ ਭਾਨੀਗੜ ਉੱਥੋਂ ਉਹਨਾਂ ਦੇ ਪੋਲਿੰਗ ਏਜੰਟ ਦੇ ਹੱਥ ਦੇ ਵਿੱਚੋਂ ਆ ਪਰਚੀ ਫੜੀ ਹੈ ਅਤੇ ਮੌਕੇ 'ਤੇ ਪ੍ਰਸ਼ਾਸਨ ਪਹੁੰਚਿਆ ਡੀ ਸੀ ਸਾਹਿਬ ਉੱਥੇ ਪਹੁੰਚੇ ਨੇ ਔਰ ਉਹਨਾਂ ਨੇ ਕਾਰਵਾਈ ਦਾ ਜਿਹੜਾ ਭਰੋਸਾ ਦਵਾਇਆ ਔਰ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਪੈਟਰੋਲ ਪੰਪ ਮੈਂ ਤਾਂ ਪਹਿਲਾਂ ਇਸ ਚੀਜ਼ ਨੂੰ ਮੈਂ ਪ੍ਰਸ਼ਾਸਨ ਨੂੰ ਪਹਿਲਾਂ ਕਹਿ ਚੁੱਕੀ ਹਾਂ ਪਹਿਲਾਂ ਪੈਟਰੋਲ ਪੰਪ ਤੋਂ ਜਿਹੜਾ ਫੜਿਆ ਗਿਆ ਪੰਪ ਨੂੰ ਸੀਲ ਕੀਤਾ ਗਿਆ ਮੰਤਰੀ ਨੂੰ ਕਿਉਂ ਨਹੀਂ ਸੀਲ ਕੀਤਾ ਗਿਆ ਅੱਜ ਇਹ ਪਰਚੀ ਫੜੀ ਗਈ ਹੈ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਹਰਕਤਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂ ਜਿਹੜਾ ਕਾਨੂੰਨ ਨੂੰ ਜਿਹੜਾ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਲੋਕ ਉਹਨਾਂ ਲੋਕਾਂ ਤੋਂ ਕੀ ਉਮੀਦ ਕਰਨਗੇ ਜਿਹੜੇ ਲੋਕ ਅੱਜ ਹੀ ਕਾਨੂੰਨ ਨੂੰ ਤੋੜ ਰਹੇ ਨੇ ਤਾਂ ਕੱਲ੍ਹ ਨੂੰ ਜਾ ਕੇ ਕੀ ਕਰਨਗੇ ਸਰ ਇਹਦਾ ਫੰਕਸ਼ਨ ਹੈ ਸਿੰਪਲ ਜਿਹੜੀ ਸਲਿੱਪ ਆ ਜਦੋਂ ਬੀ ਐਲ ਓ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਜਿਹੜਾ ਪਬਲਿਕ ਦੇ ਵਿੱਚ ਅੱਜ ਜਿਹੜਾ ਵੋਟਰਾਂ ਦੇ ਵਿੱਚ ਦਿਖਾਈ ਦੇ ਰਿਹਾ ਜਿੱਥੇ ਵੀ ਕਿਤੇ ਜਾਂਦੀ ਹਾਂ ਮੈਂ ਸੜਕ 'ਤੇ ਤਾਂ ਗੱਡੀ ਰੋਕ ਕੇ ਹਰ ਬੰਦਾ ਕਹਿ ਕੇ ਜਾਂਦਾ ਕਿ ਅਸੀਂ ਤੁਹਾਨੂੰ ਵੋਟ ਦੇ ਆਏ ਹਾਂ ਸੋ ਬਹੁਤ ਸਾਰਾ ਜਿਹੜਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਇੱਕ ਜਿਹੜਾ ਬਦਲਾਵ ਦੇ ਲਈ ਲੋਕ ਜਿਹੜਾ ਉਹ ਵੋਟ ਕਰ ਰਹੇ ਨੇ ਅੱਜ ਇੱਕ ਪਰਚੀ ਤੁਹਾਡੇ ਹੱਥ ਦੇ ਵਿੱਚ ਆ ਉਹਦੇ ਬਾਰੇ ਦੱਸੋ ਬਿਲਕੁਲ ਇਹਦੇ ਵਿੱਚ ਕੀ ਅੱਜ ਦੀ ਜਿਹੜੀ ਚੋਣ ਦੇ ਵਿੱਚ ਨਾ ਆਪਣਾ ਜਿਹੜਾ ਉਹ ਇੱਕ ਤੰਤਰ ਇਹਨਾਂ ਨੇ ਜਿਹੜਾ ਯੂਜ਼ ਕੀਤਾ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦਾ ਅਖੀਰ ਤੱਕ ਅਜੇ ਵੀ ਨਹੀਂ ਜਿਹੜਾ ਪਿੱਛੇ ਹਟ ਰਹੇ ਮੰਤਰੀ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਵੀ ਕਿੰਨੇ ਕੁ ਰਿਸ਼ਤੇਦਾਰ ਨੇ ਜਿਹੜੇ ਹਰ ਬੰਦਾ ਜਿਹੜਾ ਪੋਲਿੰਗ ਤੇ ਅੰਦਰ ਜਿਹੜਾ ਘੁਸਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਦੋਂ ਉੱਥੋਂ ਜਿਹੜੇ ਲੋਕਾਂ ਨੇ ਜਦੋਂ ਵਿਰੋਧ ਕੀਤਾ ਹਰਕਿਸ਼ਨਪੁਰਾ ਨੂਰਪੁਰਾ ਉਹਨਾਂ ਪਿੰਡਾਂ ਦੇ ਵਿੱਚ ਵਿਰੋਧ ਕਰਕੇ ਮੁੰਡਿਆਂ ਨੇ ਉੱਥੋਂ ਭਜਾਇਆ ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਗਲਤੀਆਂ ਕਿਉਂ ਕਰ ਆਹ ਦੇ ਆਹ ਤੁਹਾਡੇ ਸਾਹਮਣੇ ਆ ਇਹ ਵੋਟ ਪਰਚੀ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਵੋਟ ਪਰਚੀ ਹੈ ਜਿਹੜੀ ਅੰਦਰ ਜਿਹੜਾ ਪੋਲਿੰਗ ਤੇ ਬੂਥ ਤੇ ਨਹੀਂ ਜਾ ਸਕਦੀ ਅੰਦਰ ਇਹ ਜਾਣ ਬੁੱਝ ਕੇ ਪਰਚੀਆਂ ਵੰਡੀਆਂ ਗਈਆਂ ਨੇ ਮੈਂ ਖੁਦ 139 ਨੰਬਰ ਬੂਥ ਹੈ ਗਰਲ ਸਕੂਲ ਹੈ ਜਿਹੜਾ ਭਾਨੀਗੜ ਉੱਥੋਂ ਉਹਨਾਂ ਦੇ ਪੋਲਿੰਗ ਏਜੰਟ ਦੇ ਹੱਥ ਦੇ ਵਿੱਚੋਂ ਆ ਪਰਚੀ ਫੜੀ ਹੈ ਅਤੇ ਮੌਕੇ 'ਤੇ ਪ੍ਰਸ਼ਾਸਨ ਪਹੁੰਚਿਆ ਡੀ ਸੀ ਸਾਹਿਬ ਉੱਥੇ ਪਹੁੰਚੇ ਨੇ ਔਰ ਉਹਨਾਂ ਨੇ ਕਾਰਵਾਈ ਦਾ ਜਿਹੜਾ ਭਰੋਸਾ ਦਵਾਇਆ ਔਰ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਪੈਟਰੋਲ ਪੰਪ ਮੈਂ ਤਾਂ ਪਹਿਲਾਂ ਇਸ ਚੀਜ਼ ਨੂੰ ਮੈਂ ਪ੍ਰਸ਼ਾਸਨ ਨੂੰ ਪਹਿਲਾਂ ਕਹਿ ਚੁੱਕੀ ਹਾਂ ਪਹਿਲਾਂ ਪੈਟਰੋਲ ਪੰਪ ਤੋਂ ਜਿਹੜਾ ਫੜਿਆ ਗਿਆ ਪੰਪ ਨੂੰ ਸੀਲ ਕੀਤਾ ਗਿਆ ਮੰਤਰੀ ਨੂੰ ਕਿਉਂ ਨਹੀਂ ਸੀਲ ਕੀਤਾ ਗਿਆ ਅੱਜ ਇਹ ਪਰਚੀ ਫੜੀ ਗਈ ਹੈ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਹਰਕਤਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂ ਜਿਹੜਾ ਕਾਨੂੰਨ ਨੂੰ ਜਿਹੜਾ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਲੋਕ ਉਹਨਾਂ ਲੋਕਾਂ ਤੋਂ ਕੀ ਉਮੀਦ ਕਰਨਗੇ ਜਿਹੜੇ ਲੋਕ ਅੱਜ ਹੀ ਕਾਨੂੰਨ ਨੂੰ ਤੋੜ ਰਹੇ ਨੇ ਤਾਂ ਕੱਲ੍ਹ ਨੂੰ ਜਾ ਕੇ ਕੀ ਕਰਨਗੇ ਸਰ ਇਹਦਾ ਫੰਕਸ਼ਨ ਹੈ ਸਿੰਪਲ ਜਿਹੜੀ ਸਲਿੱਪ ਆ ਜਦੋਂ ਬੀ ਐਲ ਓ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਜਿਹੜਾ ਪਬਲਿਕ ਦੇ ਵਿੱਚ ਅੱਜ ਜਿਹੜਾ ਵੋਟਰਾਂ ਦੇ ਵਿੱਚ ਦਿਖਾਈ ਦੇ ਰਿਹਾ ਜਿੱਥੇ ਵੀ ਕਿਤੇ ਜਾਂਦੀ ਹਾਂ ਮੈਂ ਸੜਕ 'ਤੇ ਤਾਂ ਗੱਡੀ ਰੋਕ ਕੇ ਹਰ ਬੰਦਾ ਕਹਿ ਕੇ ਜਾਂਦਾ ਕਿ ਅਸੀਂ ਤੁਹਾਨੂੰ ਵੋਟ ਦੇ ਆਏ ਹਾਂ ਸੋ ਬਹੁਤ ਸਾਰਾ ਜਿਹੜਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਇੱਕ ਜਿਹੜਾ ਬਦਲਾਵ ਦੇ ਲਈ ਲੋਕ ਜਿਹੜਾ ਉਹ ਵੋਟ ਕਰ ਰਹੇ ਨੇ ਅੱਜ ਇੱਕ ਪਰਚੀ ਤੁਹਾਡੇ ਹੱਥ ਦੇ ਵਿੱਚ ਆ ਉਹਦੇ ਬਾਰੇ ਦੱਸੋ ਬਿਲਕੁਲ ਇਹਦੇ ਵਿੱਚ ਕੀ ਅੱਜ ਦੀ ਜਿਹੜੀ ਚੋਣ ਦੇ ਵਿੱਚ ਨਾ ਆਪਣਾ ਜਿਹੜਾ ਉਹ ਇੱਕ ਤੰਤਰ ਇਹਨਾਂ ਨੇ ਜਿਹੜਾ ਯੂਜ਼ ਕੀਤਾ ਲੋਕਾਂ ਨੂੰ ਜਿਹੜਾ ਗੁੰਮਰਾਹ ਕਰਨ ਦਾ ਅਖੀਰ ਤੱਕ ਅਜੇ ਵੀ ਨਹੀਂ ਜਿਹੜਾ ਪਿੱਛੇ ਹਟ ਰਹੇ ਮੰਤਰੀ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਵੀ ਕਿੰਨੇ ਕੁ ਰਿਸ਼ਤੇਦਾਰ ਨੇ ਜਿਹੜੇ ਹਰ ਬੰਦਾ ਜਿਹੜਾ ਪੋਲਿੰਗ ਤੇ ਅੰਦਰ ਜਿਹੜਾ ਘੁਸਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਵੜਨ ਦੀ ਕੋਸ਼ਿਸ਼ ਕਰ ਰਹੇ ਨੇ ਪਿੰਡਾਂ ਦੇ ਵਿੱਚ ਜਦੋਂ ਉੱਥੋਂ ਜਿਹੜੇ ਲੋਕਾਂ ਨੇ ਜਦੋਂ ਵਿਰੋਧ ਕੀਤਾ ਹਰਕਿਸ਼ਨਪੁਰਾ ਨੂਰਪੁਰਾ ਉਹਨਾਂ ਪਿੰਡਾਂ ਦੇ ਵਿੱਚ ਵਿਰੋਧ ਕਰਕੇ ਮੁੰਡਿਆਂ ਨੇ ਉੱਥੋਂ ਭਜਾਇਆ ਸੋ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਗਲਤੀਆਂ ਕਿਉਂ ਕਰ ਆਹ ਤੁਹਾਡੇ ਸਾਹਮਣੇ ਆ ਇਹ ਵੋਟ ਪਰਚੀ ਕੀ ਗੱਲ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਵੋਟ ਪਰਚੀ ਹੈ ਜਿਹੜੀ ਅੰਦਰ ਜਿਹੜਾ ਪੋਲਿੰਗ ਤੇ ਬੂਥ ਤੇ ਨਹੀਂ ਜਾ ਸਕਦੀ ਅੰਦਰ ਇਹ ਜਾਣ ਬੁੱਝ ਕੇ ਪਰਚੀਆਂ ਵੰਡੀਆਂ ਗਈਆਂ ਨੇ ਮੈਂ ਖੁਦ 139 ਨੰਬਰ ਬੂਥ ਹੈ ਗਰਲ ਸਕੂਲ ਹੈ ਜਿਹੜਾ ਭਾਨੀਗੜ ਉੱਥੋਂ ਉਹਨਾਂ ਦੇ ਪੋਲਿੰਗ ਏਜੰਟ ਦੇ ਹੱਥ ਦੇ ਵਿੱਚੋਂ ਆ ਪਰਚੀ ਫੜੀ ਹੈ ਅਤੇ ਮੌਕੇ 'ਤੇ ਪ੍ਰਸ਼ਾਸਨ ਪਹੁੰਚਿਆ ਡੀ ਸੀ ਸਾਹਿਬ ਉੱਥੇ ਪਹੁੰਚੇ ਨੇ ਔਰ ਉਹਨਾਂ ਨੇ ਕਾਰਵਾਈ ਦਾ ਜਿਹੜਾ ਭਰੋਸਾ ਦਵਾਇਆ ਔਰ ਦੇਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਪੈਟਰੋਲ ਪੰਪ ਮੈਂ ਤਾਂ ਪਹਿਲਾਂ ਇਸ ਚੀਜ਼ ਨੂੰ ਮੈਂ ਪ੍ਰਸ਼ਾਸਨ ਨੂੰ ਪਹਿਲਾਂ ਕਹਿ ਚੁੱਕੀ ਹਾਂ ਪਹਿਲਾਂ ਪੈਟਰੋਲ ਪੰਪ ਤੋਂ ਜਿਹੜਾ ਫੜਿਆ ਗਿਆ ਪੰਪ ਨੂੰ ਸੀਲ ਕੀਤਾ ਗਿਆ ਮੰਤਰੀ ਨੂੰ ਕਿਉਂ ਨਹੀਂ ਸੀਲ ਕੀਤਾ ਗਿਆ ਅੱਜ ਇਹ ਪਰਚੀ ਫੜੀ ਗਈ ਹੈ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਹਰਕਤਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂ ਜਿਹੜਾ ਕਾਨੂੰਨ ਨੂੰ ਜਿਹੜਾ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਲੋਕ ਉਹਨਾਂ ਲੋਕਾਂ ਤੋਂ ਕੀ ਉਮੀਦ ਕਰਨਗੇ ਜਿਹੜੇ ਲੋਕ ਅੱਜ ਹੀ ਕਾਨੂੰਨ ਨੂੰ ਤੋੜ ਰਹੇ ਨੇ ਤਾਂ ਕੱਲ੍ਹ ਨੂੰ ਜਾ ਕੇ ਕੀ ਕਰਨਗੇ ਸਰ ਇਹਦਾ ਫੰਕਸ਼ਨ ਹੈ ਸਿੰਪਲ ਜਿਹੜੀ ਸਲਿੱਪ ਆ ਜਦੋਂ ਬੀ ਐਲ ਓ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਜਿਹੜਾ ਪਬਲਿਕ ਦੇ ਵਿੱਚ ਅੱਜ ਜਿਹੜਾ ਵੋਟਰਾਂ ਦੇ ਵਿੱਚ ਦਿਖਾਈ ਦੇ ਰਿਹਾ ਜਿੱਥੇ ਵੀ ਕਿਤੇ ਜਾਂਦੀ ਹਾਂ ਮੈਂ ਸੜਕ 'ਤੇ ਤਾਂ ਗੱਡੀ ਰੋਕ ਕੇ ਹਰ ਬੰਦਾ ਕਹਿ ਕੇ ਜਾਂਦਾ ਕਿ ਅਸੀਂ ਤੁਹਾਨੂੰ ਵੋਟ ਦੇ ਆਏ ਹਾਂ ਸੋ ਬਹੁਤ ਸਾਰਾ ਜਿਹੜਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਇੱਕ ਜਿਹੜਾ ਬਦਲਾਵ ਦੇ ਲਈ ਲੋਕ ਜਿਹੜਾ ਉਹ ਵੋਟ ਕਰ ਰਹੇ ਨੇ ਅੱਜ ਇੱਕ ਪਰਚੀ ਤੁਹਾਡੇ
बिलकुल ए अज दी चोन ना अपना जरा एक तंत्र इन्होंने जरा यूज किया लोगों जरा गुमराह कर अखीर तक अजे भी नहीं जो पिछे हट रहे मंत्री साहब मैं तो समझ नहीं आती भी किन्ने रिश्तेदार ने जो हर बंद जो पोलिंग के अंदर जरा घुसण की जी कोशिश कर रहे बढ़न की कोशिश कर रहे पिंड जो उतों जो लोगों ने जो विरोध किया हरकिशनपुरा नूरपुरा उन्होंने पिंड विरोध करके मुंडिया ने उतों भजाया सो मैं समझ नहीं आती कि जान बुझ के इदा दलतियां क्यों कर आ सामने आ ये वोट परची की गल उन्होंने पता नहीं है भी ये वोट परची है जी अंदर जो पोलिंग बूथ से नहीं जा सकती अंदर ये जान बुझ के परचियां वंडिया गई ने मैं खुद 139 नंबर बूथ है गर्ल स्कूल है जोड़ा भानीगढ़ उतों उन्होंने पोलिंग एजेंट के हाथ के परची फड़ी है तो मौके पर प्रशासन पहुंचे डीसी साहब उत्थे पहुंचे ने और उन्होंने कार्रवाई का जोड़ा भरोसा दवाया और देखते हैं कि आने वाले दिनों के कार्रवाई होंगी लगातार कार्रवाई हो रही है पेट्रोल मैं तो पहला इस चीज़ में मैं प्रशासन को पहला कह चुकी हूँ पहला पेट्रोल पंप तो जोड़ा फड़िया गया पंप में सील किया गया मंत्री क्यों नहीं सील किया गया अज ये परची फड़ी गई है जान बुझ के इदा दरकत क्यों की जा रही क्यों जो कानून जो तोड़न दशिशा की जा रही सो लोग उन्होंने लोगों को की उम्मीद करे जो लोग अज ही कानून तोड़ रहे हैं तो कल न जाके की करे बहुत बहुत ज्यादा उत्साह जो पब्लिक वोटर दिखाई दे रहा जिथे भी कितने जानी मैं सड़क से गड्डी रोक के हर बंदा कह के जाता कि असीं तुहानूं वोट दे आए हैं सो बहुत सारा जो उत्साह जो लोगों के जो दिखाई दे रहा एक जो बदलाव के लिए लोग जो वोट कर रहे हैं बिलकुल ये की अज की जी चोन ना अपना जरा एक तंत्र इन्होंने जो यूज किया लोगों जो गुमराह कर अखीर तक अजे भी नहीं जो पिछे हट रहे मंत्री साहब मैं तो समझ नहीं आती भी किन्ने रिश्तेदार ने जो हर बंद जो पोलिंग के अंदर जो घुसण की जी कोशिश कर रहे बढ़न की कोशिश कर रहे पिंड जो उतों जो लोग ने जो विरोध किया हरकिशनपुरा नूरपुरा उन्होंने पिंड विरोध करके मुंडिया ने उतों भजाया सो मैं समझ नहीं आती कि जान बुझ के इदा दलतियां क्यों कर आ सामने आ ये वोट परची की गल उन्होंने पता नहीं है भी ये वोट परची है जी अंदर जो पोलिंग बूथ से नहीं जा सकती अंदर ये जान बुझ के परचियां वंडिया गई ने मैं खुद 139 नंबर बूथ है गर्ल स्कूल है जोड़ा भानीगढ़ उतों उन्होंने पोलिंग एजेंट के हाथ के परची फड़ी है तो मौके पर प्रशासन पहुंचे डीसी साहब उत्थे पहुंचे ने और उन्होंने कार्रवाई का जोड़ा भरोसा दवाया और देखते हैं कि आने वाले दिनों की कार्रवाई होंगी लगातार कार्रवाई हो रही है पेट्रोल मैं तो पहला इस चीज़ में मैं प्रशासन को पहला कह चुकी हूँ पहला पेट्रोल पंप तो जोड़ा फड़िया गया पंप में सील किया गया मंत्री क्यों नहीं सील किया गया अज ये परची फड़ी गई है जान बुझ के इदा दरकत क्यों की जा रही क्यों जो कानून जो तोड़न दशिशा की जा रही सो लोग उन्होंने लोगों को की उम्मीद करे जो लोग अज ही कानून तोड़ रहे हैं तो कल न जाके की करे बहुत बहुत ज्यादा जो उत्साह जो पब्लिक वोटर दिखाई दे रहा जिथे भी कितने जानी मैं सड़क से गड्डी रोक के हर बंदा कह के जाता कि असीं तुहानूं वोट दे आए हैं सो बहुत सारा जो उत्साह जो लोगों के जो दिखाई दे रहा एक जो बदलाव के लिए लोग जो वोट कर रहे बिलकुल ये की अज की जी चोन ना अपना जरा एक तंत्र इन्होंने जो यूज किया लोगों जो गुमराह कर अखीर तक अजे भी नहीं जो पिछे हट रहे मंत्री साहब मैं तो समझ नहीं आती भी किन्ने रिश्तेदार ने जो हर बंद जो पोलिंग के अंदर जो घुसण की जी कोशिश कर रहे बढ़न की कोशिश कर रहे पिंड जो उतों जो लोगों ने जो विरोध किया हरकिशनपुरा नूरपुरा उन्होंने पिंड विरोध करके मुंडिया ने उतों भजाया सो मैं समझ नहीं आती कि जान बुझ के इदा दलतियां क्यों कर आ सामने आ ये वोट परची की गल उन्होंने पता नहीं है भी ये वोट परची है जी अंदर जो पोलिंग बूथ से नहीं जा सकती अंदर ये जान बुझ के परचियां वंडिया गई ने मैं खुद 139 नंबर बूथ है गर्ल स्कूल है जोड़ा भानीगढ़ उतों उन्होंने पोलिंग एजेंट के हाथ के परची फड़ी है तो मौके पर प्रशासन पहुंचे डीसी साहब उत्थे पहुंचे ने और उन्होंने कार्रवाई का जोड़ा भरोसा दवाया और देखते हैं कि आने वाले दिनों की कार्रवाई होंगी लगातार कार्रवाई हो रही है पेट्रोल मैं तो पहला इस चीज़ में मैं प्रशासन को पहला कह चुकी हूँ पहला पेट्रोल पंप तो जोड़ा फड़िया गया पंप में सील किया गया मंत्री क्यों नहीं सील किया गया अज ये परची फड़ी गई है जान बुझ के इदा दरकत क्यों की जा रही क्यों जो कानून जो तोड़न दशिशा की जा रही सो लोग उन्होंने लोगों को की उम्मीद करे जो लोग अज ही कानून तोड़ रहे हैं तो कल न जाके की करे
सर एदा फंक्शन है सिंपल जिहड़ी स्लिप आ जदों बीएलओ जिथे भी कि सड़क ते गड्डी रोक के हर बंदा कह के जांदा कि असीं तुहानूं वोट दे आए हां। सो बहुत सारा जिहड़ा उत्साह जिहड़ा लोकां दे विच जिहड़ा दिखाई दे रिहा, इक जिहड़ा बदलाव दे लई लोकी जिहड़ा ओह वोट कर रहे ने। बिल्कुल, ए अज की जी चोन दे विच ना अपना जिहड़ा ओह इक तंत्र इन्हां ने जिहड़ा यूज किया लोकां नूं जिहड़ा गुमराह करन दा, अखीर तक अजे भी नहीं जिहड़ा पिछे हट रहे। मंत्री साहब मैनूं समझ नहीं आउंदी भी किन्ने क रिश्तेदार ने जिहड़े हर बंदा जिहड़ा पोलिंग ते अंदर जिहड़ा घुसण की जी कोशिश कर रहे, बढ़न की कोशिश कर रहे। पिंडां दे विच जदों उत्थों जिहड़े लोकां ने जदों विरोध किया हरकिशनपुरा नूरपुरा उन्हां पिंडां दे विच विरोध करके मुंडियां ने उत्थों भजाया। सो मैनूं समझ नहीं आउंदी कि इह जाण बुझ के इदां दीआं गलतियां क्यों कर रहे। आ दे आ तुहाडे सामणे आ ये वोट पर्ची की गल, उन्होंने पता नहीं है भी ये वोट पर्ची है जी अंदर जो पोलिंग बूथ से नहीं जा सकती अंदर, ये जान बुझ के पर्चियां वंडियां गई ने। मैं खुद 139 नंबर बूथ है गर्ल स्कूल है जोड़ा भानीगढ़ उतों उन्होंने पोलिंग एजेंट के हाथ के पर्ची फड़ी है, तो मौके पर प्रशासन पहुंचे DC साहब उत्थे पहुंचे ने और उन्होंने कार्रवाई का जोड़ा भरोसा दवाया और देखते हैं कि आने वाले दिनों की कार्रवाई होंगी। मैं तो पहला इस चीज़ को मैं प्रशासन को पहला कह चुकी हूँ, पहला पेट्रोल पंप तो जोड़ा फड़िया गया पंप नूं सील किया गया, मंत्री क्यों नहीं सील किया गया, अज ये परची फड़ी गई है, जान बुझ के इदा दरकत क्यों की जा रही, क्यों जो कानून जो तोड़न दशिशा की जा रही। सो लोग उन्होंने लोगों को की उम्मीद करे जो लोग अज ही कानून तोड़ रहे हैं तो कल जाके की करे। सर एदा फंक्शन है सिंपल जिहड़ी स्लिप आ जदों बीएलओ बहुत ज्यादा जिहड़ा उत्साह जिहड़ा पब्लिक दे विच अज जिहड़ा वोटरां दे विच दिखाई दे रहा। जिथे भी कितें जानी हाँ मैं सड़क ते तां गड्डी रोक के हर बंदा कह के जांदा कि असीं तुहानूं वोट दे आए हां। सो बहुत सारा जिहड़ा उत्साह जिहड़ा लोकां दे विच जिहड़ा दिखाई दे रहा, इक जिहड़ा बदलाव दे लई लोकी जिहड़ा ओह वोट कर रहे ने। बिल्कुल, ए अज की जी चोन दे विच ना अपना जिहड़ा ओह इक तंत्र इन्हां ने जिहड़ा यूज किया लोकां नूं जिहड़ा गुमराह करन दा, अखीर तक अजे भी नहीं जिहड़ा पिछे हट रहे। मंत्री साहब मैनूं समझ नहीं आउंदी भी किन्ने क रिश्तेदार ने जिहड़े हर बंदा जिहड़ा पोलिंग ते अंदर जिहड़ा घुसण की जी कोशिश कर रहे, बढ़न की कोशिश कर रहे। पिंडां दे विच जदों उत्थों जिहड़े लोकां ने जदों विरोध किया हरकिशनपुरा नूरपुरा उन्हां पिंडां दे विच विरोध करके मुंडियां ने उत्थों भजाया। सो मैनूं समझ नहीं आउंदी कि इह जाण बुझ के इदां दीआं गलतियां क्यों कर रहे। आ दे आ तुहाडे सामणे आ ये वोट पर्ची की गल, उन्होंने पता नहीं है भी ये वोट पर्ची है जी अंदर जो पोलिंग बूथ से नहीं जा सकती अंदर, ये जान बुझ के पर्चियां वंडियां गई ने। मैं खुद 139 नंबर बूथ है गर्ल स्कूल है जोड़ा भानीगढ़ उतों उन्होंने पोलिंग एजेंट के हाथ के पर्ची फड़ी है, तो मौके पर प्रशासन पहुंचे DC साहब उत्थे पहुंचे ने और उन्होंने कार्रवाई का जोड़ा भरोसा दवाया और देखते हैं कि आने वाले दिनों की कार्रवाई होंगी। मैं तो पहला इस चीज़ को मैं प्रशासन को पहला कह चुकी हूँ, पहला पेट्रोल पंप तो जोड़ा फड़िया गया पंप में सील किया गया, मंत्री क्यों नहीं सील किया गया, अज ये परची फड़ी गई है, जान बुझ के इदा दरकत क्यों की जा रही, क्यों जो कानून जो तोड़न दशिशा की जा रही। सो लोग उन्होंने लोगों को की उम्मीद करे जो लोग अज ही कानून तोड़ रहे हैं तो कल जाके की करे। सर एदा फंक्शन है सिंपल जिहड़ी स्लिप आ जदों बीएलओ बहुत ज्यादा जिहड़ा उत्साह जिहड़ा पब्लिक दे विच अज जिहड़ा वोटरां दे विच दिखाई दे रहा। जिथे भी कितें जानी हाँ मैं सड़क ते तां गड्डी रोक के हर बंदा कह के जांदा कि असीं तुहानूं वोट दे आए हां। सो बहुत सारा जिहड़ा उत्साह जिहड़ा लोकां दे विच जिहड़ा दिखाई दे रहा, इक जिहड़ा बदलाव दे लई लोकी जिहड़ा ओह वोट कर रहे ने। बिल्कुल, ए अज की जी चोन दे विच ना अपना जिहड़ा ओह इक तंत्र इन्हां ने जिहड़ा यूज किया लोकां नूं जिहड़ा गुमराह करन दा, अखीर तक अजे भी नहीं जिहड़ा पिछे हट रहे। मंत्री साहब मैनूं समझ नहीं आउंदी भी किन्ने क रिश्तेदार ने जिहड़े हर बंदा जिहड़ा पोलिंग ते अंदर जिहड़ा घुसण की जी कोशिश कर रहे, बढ़न की कोशिश कर रहे। पिंडां दे विच जदों उत्थों जिहड़े लोकां ने जदों विरोध किया हरकिशनपुरा नूरपुरा उन्हां पिंडां दे विच विरोध करके मुंडियां ने उत्थों भजाया। सो मैनूं समझ नहीं आउंदी कि इह जाण बुझ के इदां दीआं गलतियां क्यों कर रहे। आ दे आ तुहाडे सामणे आ ये वोट पर्ची
ਕੀ ਗੱਲ ਉਹਨਾਂ ਨੂੰ ਪਤਾ ਨਹੀਂ ਹੈਗਾ ਵੀ ਇਹ ਵੋਟ ਪਰਚੀ ਹੈ ਜਿਹੜੀ ਅੰਦਰ ਜਿਹੜਾ ਪੋਲਿੰਗ ਤੇ ਬੂਥ ਤੇ ਨਹੀਂ ਜਾ ਸਕਦੀ ਅੰਦਰ ਇਹ ਜਾਣ ਬੁੱਝ ਕੇ ਪਰਚੀਆਂ ਵੰਡੀਆਂ ਗਈਆਂ ਨੇ ਮੈਂ ਖੁਦ 139 ਨੰਬਰ ਬੂਥ ਹੈ ਗਰਲ ਸਕੂਲ ਹੈ ਜਿਹੜਾ ਭਾਨੀਗੜ੍ਹ ਉੱਥੋਂ ਉਹਨਾਂ ਦੇ ਪੋਲਿੰਗ ਏਜੰਟ ਦੇ ਹੱਥ ਦੇ ਵਿੱਚੋਂ ਆਹ ਪਰਚੀ ਫੜੀ ਹੈ ਅਤੇ ਮੌਕੇ 'ਤੇ ਪ੍ਰਸ਼ਾਸਨ ਪਹੁੰਚਿਆ ਡੀਸੀ ਸਾਹਿਬ ਉੱਥੇ ਪਹੁੰਚੇ ਨੇ ਔਰ ਉਹਨਾਂ ਨੇ ਕਾਰਵਾਈ ਦਾ ਜਿਹੜਾ ਭਰੋਸਾ ਦਵਾਇਆ ਔਰ ਦੇਖਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਲਗਾਤਾਰ ਕਾਰਵਾਈਆਂ ਹੋ ਰਹੀਆਂ ਨੇ ਪੈਟਰੋਲ ਪੰਪ ਮੈਂ ਤਾਂ ਪਹਿਲਾਂ ਇਸ ਚੀਜ਼ ਨੂੰ ਮੈਂ ਪ੍ਰਸ਼ਾਸਨ ਨੂੰ ਪਹਿਲਾਂ ਕਹਿ ਚੁੱਕੀ ਹਾਂ ਪਹਿਲਾਂ ਪੈਟਰੋਲ ਪੰਪ ਤੋਂ ਜਿਹੜਾ ਫੜਿਆ ਗਿਆ ਪੰਪ ਨੂੰ ਸੀਲ ਕੀਤਾ ਗਿਆ ਮੰਤਰੀ ਨੂੰ ਕਿਉਂ ਨਹੀਂ ਸੀਲ ਕੀਤਾ ਗਿਆ ਅੱਜ ਇਹ ਪਰਚੀ ਫੜੀ ਗਈ ਹੈ ਇਹ ਜਾਣ ਬੁੱਝ ਕੇ ਇੱਦਾਂ ਦੀਆਂ ਹਰਕਤਾਂ ਕਿਉਂ ਕੀਤੀਆਂ ਜਾ ਰਹੀਆਂ ਨੇ ਕਿਉਂ ਜਿਹੜਾ ਕਾਨੂੰਨ ਨੂੰ ਜਿਹੜਾ ਤੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸੋ ਲੋਕ ਉਹਨਾਂ ਲੋਕਾਂ ਤੋਂ ਕੀ ਉਮੀਦ ਕਰਨਗੇ ਜਿਹੜੇ ਲੋਕ ਅੱਜ ਹੀ ਕਾਨੂੰਨ ਨੂੰ ਤੋੜ ਰਹੇ ਨੇ ਤਾਂ ਕੱਲ੍ਹ ਨੂੰ ਜਾ ਕੇ ਕੀ ਕਰਨਗੇ ਸਰ ਇਹਦਾ ਫੰਕਸ਼ਨ ਹੈ ਸਿੰਪਲ ਜਿਹੜੀ ਸਲਿੱਪ ਆ ਜਦੋਂ ਬੀ ਐਲ ਓ ਅੱਜ ਕਿਵੇਂ ਲੱਗ ਰਿਹਾ ਥੋੜਾ ਸਮਾਂ ਰਹਿ ਗਿਆ ਕਿਸ ਤਰੀਕੇ ਦਾ ਰਿਸਪੌਂਸ ਮਿਲ ਰਿਹਾ ਵੱਖ ਵੱਖ ਬਹੁਤ ਬਹੁਤ ਜ਼ਿਆਦਾ ਜਿਹੜਾ ਉਤਸ਼ਾਹ ਜਿਹੜਾ ਪਬਲਿਕ ਦੇ ਵਿੱਚ ਅੱਜ ਜਿਹੜਾ ਵੋਟਰਾਂ ਦੇ ਵਿੱਚ ਦਿਖਾਈ ਦੇ ਰਿਹਾ ਜਿੱਥੇ ਵੀ ਕਿਤੇ ਜਾਂਦੀ ਹਾਂ ਮੈਂ ਸੜਕ 'ਤੇ ਤਾਂ ਗੱਡੀ ਰੋਕ ਕੇ ਹਰ ਬੰਦਾ ਕਹਿ ਕੇ ਜਾਂਦਾ ਕਿ ਅਸੀਂ ਤੁਹਾਨੂੰ ਵੋਟ ਦੇ ਆਏ ਹਾਂ ਸੋ ਬਹੁਤ ਸਾਰਾ ਜਿਹੜਾ ਉਤਸ਼ਾਹ ਜਿਹੜਾ ਲੋਕਾਂ ਦੇ ਵਿੱਚ ਜਿਹੜਾ ਦਿਖਾਈ ਦੇ ਰਿਹਾ ਇੱਕ ਜਿਹੜਾ ਬਦਲਾਵ ਦੇ ਲਈ ਲੋਕ ਜਿਹੜਾ ਉਹ ਵੋਟ ਕਰ ਰਹੇ ਨੇ ਅੱਜ ਇੱਕ ਪਰਚੀ ਤੁਹਾਡੇ ਹੱਥ ਦੇ ਵਿੱਚ ਆ ਉਹਦੇ ਬਾਰੇ ਦੱਸੋ ਬਿਲਕੁਲ ਇਹਦੇ ਵਿੱਚ ਕੀ ਅੱਜ ਦੀ ਜਿਹੜੀ ਚੋਣ ਦੇ ਵਿੱਚ ਨਾ ਆਪਣਾ ਜਿਹੜਾ ਉਹ ਇੱਕ ਤੰਤਰ ਇਹਨਾਂ ਨੇ ਜਿਹੜਾ ਯੂਜ਼ ਕੀਤਾ